ਜੀ ਸਾਡੀ ਖਰਗੋਸ਼ ਨਹੀਂ ਹੈ ਜੀ, 7 ਮਹੀਨੇ ਦੀ ਹੋ ਗਈ ਹੈ, ਕਰਾਸ ਨਹੀਂ ਕਰਾ ਰਹੀ। ਇਹਦੇ ਵਾਸਤੇ ਰਬੜ ਲਿਆਂਦਾ, ਰਬੜ ਨਾਲ ਇਹਦੀ ਪੂਛਲ ਚੁੱਕ ਕੇ ਬੰਨ ਦੇਣੀ ਹੈ, ਅਤੇ ਜਿਹੜਾ ਨਾ ਕੰਮ ਜਿਹੜਾ ਬਿਲਕੁਲ ਸਹੀ ਹੋ ਜਾਏਗਾ, ਫਿਰ ਕਰਾਸ ਆਸਾਨੀ ਨਾਲ ਕਰਾਏਗੀ। ਜਿਨ੍ਹਾਂ ਦੇ ਖਰਗੋਸ਼ ਹੈਗੇ ਨੇ ਉਹਨਾਂ ਦੇ ਖਰਗੋਸ਼ ਬੱਚੇ ਨਹੀਂ ਦੇ ਰਹੇ, ਅਤੇ ਇਹ ਮੈਥਡ ਇਹ ਵਾਲਾ ਤਰੀਕਾ ਜਿਹੜਾ ਨਾ ਐਲਾਨ, ਦੇਖੋ ਖਰਗੋਸ਼ ਦੇ ਨਾ ਪਿੱਛੋਂ ਪੂਛਲ ਚੁੱਕਣੀ ਹੈ, ਅਤੇ ਇੰਜ ਵੱਲ ਦੇ ਕੇ ਨਾ ਰਬੜ ਉੱਤੇ ਦੀ ਚੜਾ ਲੈਣਾ, ਅਤੇ ਇਹਦੀ ਪੁਛਲ ਆਪੀ ਚੁੱਕੀ ਜਾਏਗੀ। ਅਤੇ ਫਿਰ ਦੇਖੋ ਜ਼ਰਾ ਮਾਮਲਾ ਸਾਹਮਣੇ ਆਉਂਦਾ ਕਿ ਨਹੀਂ ਆਉਂਦਾ। ਇਹ ਦੇਖੋ ਲੋ ਵੀ ਜਵਾਨੋ, ਇਹ ਤਰੀਕਾ ਤੁਹਾਨੂੰ ਦੱਸਤਾ ਜੀ, ਅਤੇ ਇਹ ਐਂ ਕਰਕੇ ਸਾਹਮਣੇ ਆਏਗੀ, ਅਤੇ ਹੁਣ ਮੈਨੂੰ ਲੈ ਕੇ ਚੱਲੇ ਹਾਂ ਜੀ ਅਸੀਂ ਖਰਗੋਸ਼ ਦੇ ਕੋਲ। ਖਰਗੋਸ਼ ਜੀ ਬੜਾ ਤੱਤਾ ਕਾਲਾ ਹੋਇਆ, ਇਹਨੇ ਵਿੱਚ ਜਾਣਾ ਅਤੇ ਫਿਰ ਉਹ ਟਰਾਈਆਂ ਕਰੇਗਾ। ਇਹ ਤੁਹਾਨੂੰ ਦਿਖਾ ਰਹੇ ਹਾਂ ਤਾਂ ਕਿ ਤੁਸੀਂ ਵੀ ਇਹ ਤਰੀਕਾ ਅਡੋਪਟ ਕਰੋ। ਤਰੀਕੇ ਨੂੰ ਸਮਝਣ ਵਾਸਤੇ ਜਿਹੜੇ ਇਹ ਤਰੀਕੇ ਤੁਹਾਨੂੰ ਦੱਸ ਰਹੇ ਹਾਂ ਨਾ ਜੀ, ਇਹ ਬੜੇ ਫਾਇਦੇਮੰਦ ਤਰੀਕੇ ਨੇ। ਅਤੇ ਉਹ ਬੰਦੇ ਜਿਹੜੇ ਘਰ ਖਰਗੋਸ਼ ਰੱਖੇ ਨੇ, ਖਰਗੋਸ਼ ਫਾਰਮਿੰਗ ਕਰ ਰਹੇ, ਉਹਨਾਂ ਵਾਸਤੇ ਜੀ ਬਹੁਤ ਬਿਹਤਰੀਨ ਤਰੀਕੇ ਨੇ। ਇਹ ਜੀ ਚਲਾ ਗਿਆ ਖਰਗੋਸ਼ ਦੇ ਖੁੱਡੇ 'ਚ, ਅਤੇ ਹੁਣ ਤੁਸੀਂ ਦੇਖਣਾ ਖਰਗੋਸ਼ ਕਰਦਾ ਕੀ। ਟਰਾਈਆਂ ਲਾਉਣੀਆਂ ਸ਼ੁਰੂ ਕਰਤੀਆਂ ਜਵਾਨ ਨੇ, ਮਨਾ ਰਿਹਾ, ਮੰਨਦੀ ਨਹੀਂ ਪਈ, ਨੱਚਦੀ ਪਈ ਅੱਗੇ ਅੱਗੇ, ਭੁੜਕਦੀ ਪਈ ਹੈਗੀ। ਜਿਹੜਾ ਕੁਆਰੀ ਹੈ ਨਾ, ਅਤੇ ਤੁਸੀਂ ਜਰਾ ਪੁਛਲ ਚੁੱਕਣੀ ਪੈ ਰਹੀ, ਪਹਿਲੀ ਵਾਰੀ ਕਰਾਸ ਕਰਾ ਰਹੇ ਹਾਂ, ਅਤੇ ਜੀ ਉਹ ਨਾ ਗੱਲ ਨਹੀਂ ਮੰਨਦੀ ਪਈ ਕੋਈ ਇੰਨੀ ਨਾ, ਅਤੇ ਬਾਹਰ ਆ ਲਿਆ ਤਰੀਕਾ ਕੀਤਾ, ਪੁਛਲ ਚੁੱਕੀ ਹੈ। ਹੁਣ ਉਹਦੇ ਵਾਸਤੇ ਜਰਾ ਆਸਾਨੀ ਹੈ, ਪਹਿਲੇ ਚੜ੍ਹਦਾ ਸੀ ਉੱਤੇ, ਲੇਕਿਨ ਉਹ ਟਰਾਈਆਂ ਮਾਰਦਾ ਰਹਿੰਦਾ ਸੀ, ਪਰ ਉਹ ਗੱਲ ਨਹੀਂ ਸੀ ਬਣਦੀ, ਪੁਛਲ ਨਹੀਂ ਸੀ ਚੁੱਕੀ ਹੁੰਦੀ। ਇਹ ਰਬੜ ਬੈਂਡ ਮੈਥਡ ਹੈ, ਬਹੁਤ ਵਾਲਾ ਮੈਥਡ ਹੈ। ਇਹ ਕਰਕੇ ਲਓ ਜੀ, ਇਹ ਜਵਾਨ ਚੜ੍ਹੇਗਾ, ਟਰਾਈ ਮਾਰੇਗਾ, ਅਤੇ ਗੱਲ ਬਣੇਗੀ। ਇਹ ਵੈਸੇ ਉਹ ਚੜ੍ਹ ਗਿਆ ਜਵਾਨ, ਚੜ੍ਹ ਗਿਆ, ਚੜ੍ਹ ਗਿਆ, ਚੜ੍ਹ ਗਿਆ, ਚੜ੍ਹ ਗਿਆ, ਕਰੇਗਾ ਕਰੇਗਾ। ਇਹ ਲਓ ਜੀ, ਇਹ ਲਓ, ਪਿੱਛੇ ਡਿੱਗ ਪਿਆ ਦਾ ਮਤਲਬ ਇਹ ਕੰਮ ਹੋ ਗਿਆ, ਜਦੋਂ ਖਰਗੋਸ਼ ਪਿੱਛੇ ਜਾ ਪਏ ਸਮਝੋ ਕੰਮ ਹੋ ਗਿਆ। ਮਿਹਰਬਾਨੀ ਜੀ ਵੀਡੀਓ ਦੇਖਣ ਦੀ, ਇਹ ਜੇ ਕਾਮਯਾਬ ਕਰਾਸ।